ਲੋਈ ਪਿੰਕੇ ਭਾਈ ਕਿਲੇ ਦੇ ਬਹੁਤ ਪੁਰਾਣੇ ਤੇ ਵਧੀਆ ਖਿਡਾਰ ਔਰ ਅੱਜ ਜੱਜ ਬਣੇ ਹੋਏ ਨੇ ਕੰਪੀਟੀਸ਼ਨ ਦੇ ਵਿੱਚ ਔਰ ਉਸ ਤੋਂ ਬਾਅਦ ਗੋਰੀ ਭਾਈ ਕੰਪੀਟੀਸ਼ਨ ਕਰਾ ਰਹੇ ਨੇ 2024 ਜਿੰਮੀ ਭਾਈ ਸਾਰੇ ਭਰਾ ਜੈ ਭਾਈ ਵਿੱਚ ਧੰਨਵਾਦ ਧੰਨਵਾਦ ਜੀ ਧੰਨਵਾਦ ਧੰਨਵਾਦ ਲੋ ਜੀ ਵਿੱਕੀ ਭਾਈ ਬੀ ਬਲੋਕ ਵਾਲੇ ਔਰ ਦੂਜੀ ਸਾਈਡ ਜੱਗੇ ਭਾਜੀ ਨਿਊ ਮਿਸਰ ਗਰਾਊਂਡ ਤੋਂ ਔਰ ਪੇਜ ਤੁਹਾਨੂੰ ਵਿਖਾਊਂਗਾ ਵਿੱਕੀ ਭਾਈ ਬੀ ਬਲੋਗ ਜੱਗੇ ਭਾਜੀ ਨਿਊ ਮਿਸਰ ਗਰਾਊਂਡ ਪੇਚਾ ਸਟਾਰਟ ਜੇ ਦੂਜਾ ਪੇਚਾ ਇਹ ਕੰਪੀਟੀਸ਼ਨ ਦਾ ਔਰ ਤੁਹਾਨੂੰ ਮੈਂ ਪਹਿਲੇ ਬੰਦੇ ਵਿਖਾ ਦਿੱਤੇ ਆ ਔਰ ਮਗਰ ਸਾਰੇ ਵੀਰ ਭਰਾ ਖਲੋਤੇ ਜੱਜ ਸਾਰੇ ਮਗਰ ਖਲੋਤੇ ਹੋਏ ਜਿਹੜੇ ਜਿਹੜੇ ਮੇਨ ਇਹਨਾਂ ਨੇ ਸਾਰੇ ਬੁਲਾਏ ਸੀ ਔਰ ਮੈਂ ਤੁਹਾਨੂੰ ਪੇਜ ਵਿਖਾਊਂਗਾ ਲਾਈਵ ਜੱਗੇ ਭਾਜੀ ਦਾ ਲੋ ਜੀ ਦੂਸਰਾ ਹੀ ਪੇਚਾ ਜੇ ਕੰਪੀਟੀਸ਼ਨ ਦਾ ਪਹਿਲਾ ਪੇਚਾ ਟਾਈ ਹੋ ਗਿਆ ਵਾ ਦੂਜਾ ਪੇਚਾ ਕੰਪੀਟੀਸ਼ਨ ਦਾ ਰਣਜੀਤ ਐਵੇਂ ਨੂੰ ਜੀ ਗਰਾਊਂਡ ਦਾ ਦੂਜਾ ਹੀ ਪੇਜ ਹੈਗਾ ਜੇ ਪਹਿਲਾ ਪੇਜ ਟਾਈ ਹੋ ਗਿਆ ਵਾ ਦੂਜਾ ਪੇਜ ਜੱਗੇ ਭਾਜੀ ਨਿਊ ਮਿਸਰ ਗਰਾਊਂਡ ਵਿੱਕੀ ਭਾਜੀ ਬੀ ਬਲੋਕ ਗਰਾਊਂਡ ਤੋਂ ਲਾਈਵ ਪੇਚਾ ਦੇ ਰਹੇ ਕੰਪੀਟੀਸ਼ਨ 2024 ਰਣਜੀਤ ਐਵਨਿਊ ਗਰਾਊਂਡ ਔਰ ਜਿੰਨੇ ਵੀ ਪਾਰਟੀਸਪੇਟ ਹੈਗੇ ਇੱਥੇ ਸਾਰੇ ਗਰਾਊਂਡ ਦੇ ਹੈਗੇ ਆ ਬਾਹਰੋਂ ਕੋਈ ਨਹੀਂ ਹੈਗਾ ਜਿਹੜਾ ਮਰਜ਼ੀ ਨਹੀਂ ਆ ਸਕਦਾ ਜਿਹੜੇ ਗਰਾਊਂਡ ਦੇ ਬੰਦੇ ਆ ਉਹੀ ਪਾਰਟੀਸਪੇਟ ਕੀਤਾ ਉਹਨਾਂ ਨੇ ਹੀ ਬਸ ਲਓ ਜੀ ਆਸ ਕਰਦੇ ਹਾਂ ਖੇਤ ਵਾਲਾ ਪੇਚਾ ਹੈਗਾ ਵਧੀਆ ਪੇਚਾ ਹੈਗਾ ਬਾਕੀ ਰੱਬ ਜਿਹਨੂੰ ਦਵੇ ਜੀ ਲਓ ਜੀ ਜੱਗੇ ਭਾਈ ਲੈ ਗਏ ਜੇ ਪੂਰੀ ਖਿੱਚ ਮਾਰ ਕੇ ਆਪਣੇ ਓਏ ਹੋਏ 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 ਜੱਗੇ ਭਾਈ ਨੇ ਪੇਚਾ ਕੱਢਿਆ ਜੇ ਨਿਊ ਮਿਸਰ ਗਰਾਊਂਡ ਦਾ ਪਹਿਲਾ ਪੇਚਾ 2024 ਦਾ ਗਰਾਊਂਡ ਦਾ ਜੱਗੇ ਭਾਈ ਕੱਢ ਕੇ ਨਿਊ ਮਿਸਰ ਗਰਾਊਂਡ ਤੋਂ ਅੱਗੇ ਜਾਂਦੇ ਹੋਏ ਤੁਸੀਂ ਵੇਖ ਸਕਦੇ ਬਿੱਲੂ ਭਾਈ ਮਗਰ ਨਾਲ ਹੀ ਪਤੰਗ ਫੜਦੀ ਹੈ ਪਹਿਲਾ ਪੇਚਾ ਕੰਪਲੀਟ ਹੋ ਗਿਆ ਜੀ ਵਿੱਕੀ ਭਾਈ ਦੀ ਪਤੰਗ ਕੱਢੀ ਗਈ 2024 ਕੰਪਟੀਸ਼ਨ ਦਾ ਪਹਿਲਾ ਪੇਚਾ ਜੱਗੇ ਭਾਈ ਕੱਢ ਕੇ ਅੱਗੇ ਚਲੇ ਗਏ ਹੋਏ ਜੀ ਹੁਣ ਦੂਜਾ ਪੇਜ ਵਿਖਾਵਾਂਗੇ ਆਪਾਂ ਬਹੁਤ ਹੀ ਸੋਹਣਾ ਪੇਚਾ ਆਇਆ ਸੀ ਜੱਗੇ ਭਾਈ ਨੇ ਉੱਪਰੋਂ ਪ੍ਰੋਪਰ ਖਿੱਚ ਮਾਰੀ ਆ 10 ਪੇਜ ਲੱਗੇ ਦੋਵੇਂ ਖਿਡਾਰ ਆਪੋ ਆਪਣੇ ਘਰ ਬਹੁਤ ਤਕੜੇ ਵਿੱਕੀ ਭਾਈ ਬਹੁਤ ਵਧੀਆ ਖਿਡਾਰ ਪਰ ਕਟਕੜਾ ਲੱਗਾ ਵਾ ਮੈਦਾਨ ਹੈਗਾ ਵਾ ਇੱਥੇ ਹੀ ਅੱਜ ਪਤਾ ਲੱਗਣਾ ਸੀ ਕੌਣ ਕੀ ਆ ਖਿਡਾਰ ਦੋਵੇਂ ਤਕੜੇ ਸੀ ਰੱਬ ਜਿਹਨੂੰ ਪੇਚਾ ਦੇ ਗਿਆ ਉਹ ਪੇਚਾ ਕੱਟ ਗਿਆ ਲਓ ਜੀ ਪਹਿਲਾ ਪੇਚਾ ਕੰਪਲੀਟ ਹੋ ਗਿਆ ਜੇ 2024 ਦਾ ਹੁਣ ਦੂਜਾ ਪੇਚਾ ਵਿਖਾਵਾਂਗੇ ਆਪਾਂ ਨਾਲ ਹੀ ਆਪਾਂ ਨਾਲ ਹੀ ਕਵਰੇਜ ਇਹਦੀ ਦੂਜਾ ਪੇਚਾ ਨਾਲ ਹੀ ਪਾਤਾ ਜੇ ਲਓ ਜੀ ਦੂਜਾ ਪੇਚਾ ਆ ਗਿਆ ਜੀ ਇਹ ਤੀਸਰਾ ਪੇਜ ਹੋਣ ਜਾ ਰਿਹਾ ਵਾ ਔਨਲਾਈਨ ਹੈਰੀ ਔਨਲਾਈਨ ਭਲਾਈ ਕਹਿੰਦੇ ਗਰਾਊਂਡ ਤੋਂ ਔਰ ਦੂਜੇ ਪਾਸੇ ਜਿਹੜਾ ਵੀਰ ਹੈਗਾ ਜੇ ਨਿਊ ਅੰਮ੍ਰਿਤਸਰ ਗਰਾਊਂਡ ਦਾ ਜੀ ਨਿਊ ਅੰਮ੍ਰਿਤਸਰ ਗਰਾਊਂਡ ਦੇ ਭਾਈ ਗੁਰਪਿੰਦਰ ਭਾਈ ਆਏ ਹੋਏ ਆ ਔਰ ਇੱਧਰਲੇ ਪਾਸੇ ਭਲਾਈ ਕਹਿੰਦੇ ਗਰਾਊਂਡ ਤੋਂ ਹੈਰੀ ਔਨਲਾਈਨ ਔਰ ਪੇਜ ਇਹ ਵੀ ਬਹੁਤ ਵਧੀਆ ਹੈਗਾ ਖਿੱਚ ਵਾਲਾ ਪੇਜ ਹੋਣਾ ਜੀ ਆਸ ਕਰਦੇ ਵਧੀਆ ਪੇਚਾ ਹੋਏਗਾ ਲਓ ਜੀ ਦੂਸਰਾ ਤੀਸਰਾ ਪੇਚਾ ਜੇ ਪਹਿਲਾ ਟਾਈ ਹੋ ਗਿਆ ਸੀ ਦੂਜਾ ਪੇਚਾ ਜੱਗੇ ਭਾਈ ਕੱਟ ਗਏ ਆ ਤੀਸਰਾ ਹੀ ਪੇਚਾ ਆਪਾਂ ਵਿਖਾ ਰਹੇ ਜੀ ਤੀਸਰਾ ਬਾਈ ਤੀਸਰਾ ਪੇਚਾ ਜੇ ਉਹ ਲਾਈਵ ਤੁਹਾਨੂੰ ਖਾਵਾਂਗੇ ਆਪਾਂ
ਮੈਂ ਭਰਾ ਜਿੰਨਾ ਪਹਿਲਾਂ ਵੇਟ ਕੀਤਾ ਉਹਨੂੰ ਮਿਲ ਗਿਆ ਵਾ ਜੱਗੇ ਭਾਈ ਬਹੁਤ ਬਹੁਤ ਵਧਾਈਆਂ ਲੋ ਜੀ ਸੀਟੀ ਵੱਜ ਗਈ ਹੈ ਪੇਚਾ ਸਟਾਰਟ ਜੇ ਇੱਕ ਪਾਸੇ ਹੈਰੀ ਆਨਲਾਈਨ ਦੂਜੇ ਪਾਸੇ ਲੋ ਜੀ ਵਾਹ ਘੱਟ ਦੇ ਰੋਲੇ ਪੈ ਗਏ ਹੋਏ ਆ ਕੰਪੀਟੀਸ਼ਨ ਅਗਲੇ ਦਿਨ ਵੀ ਪੈ ਸਕਦਾ ਜੇ ਅੱਜ ਵਾਹ ਘੱਟ ਲੱਗਦੀ ਪਈ ਹੈ ਸੋਨੀ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਡਾਕਟਰ ਸਾਹਿਬ ਕੈਮਰਾ ਮੇਰੇ ਵੱਲ ਕਰਿਓ ਇਹਦਾ ਡਾਕਟਰ ਸਾਹਿਬ ਕੈਮਰਾ ਮੇਰੇ ਵੱਲ ਕਰਿਓ ਸੋਡੀ ਭਾਈ ਦਾ ਸੋਡੀ ਭਾਈ ਦਾ ਸੋਡੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਬਣ ਰਹੀ ਆ ਪੂਰੀਆਂ ਜੱਗੇ ਭਾਈ ਬੇਚਾ ਕੱਢ ਕੇ ਪਹਿਲੇ ਰਾਉਂਡ ਦਾ ਮੋਬਾਈਲ ਲੈ ਗਏ ਸਾਰਿਆਂ ਦਾ ਜੱਗੇ ਭਾਈ ਪਹਿਲਾ ਰਾਉਂਡ ਦਾ ਪੇਚਾ ਕੱਢ ਕੇ ਅੱਜ ਨਿਊ ਅਫਸਰ ਗਰਾਊਂਡ ਨੂੰ ਅੱਗੇ ਲੈ ਕੇ ਜਾਂਦੇ ਹੋਏ ਸੂਰਜ ਬਹੁਤ ਜ਼ਿਆਦਾ ਹਾਈ ਹੈਗਾ ਇਸ ਟਾਈਮ ਥੋੜ੍ਹੀ ਜਿਹੀ ਵੀਡੀਓ ਬਲਰ ਹੋ ਰਹੀ ਹੈ ਧੁੱਪ ਦੇ ਕਰਕੇ ਜੇ ਬੱਦਲ ਹੁੰਦੇ ਤਾਂ ਵੀਡੀਓ ਬਹੁਤ ਸੋਹਣੀ ਬਣੀ ਉਦੋਂ ਦੋ ਦੋ ਤਿੰਨ ਤਿੰਨ ਗੋਟਾਂ ਦੇ ਪੇਚ ਮੈਂ ਫਿਰ ਵੀ ਵਿਖਾ ਰਿਹਾ ਜੀ 15 ਪ੍ਰੋ ਮੈਕਸ ਫੋਨ ਵੀ ਫਿੱਕਾ ਪੈ ਰਿਹਾ ਪੇਚਿਆਂ ਦੇ ਸਾਹਮਣੇ ਕੰਪੀਟੀਸ਼ਨ ਦੇ ਪੇਜ ਹੈ ਸ਼ੁਰੂ ਤੋਂ ਲੰਮੇ ਹੁੰਦੇ ਆ ਲੰਮੇ ਹੀ ਹੋਣੇ ਆ ਲੋ ਜੀ ਹੈਰੀ ਆਨਲਾਈਨ ਦੀ ਪਲਾਂ ਕੱਟੀ ਗਈ ਹੈ ਦੂਜਾ ਪੇਚਾ ਵੀ ਨਿਊ ਅੰਮ੍ਰਿਤਸਰ ਦੇ ਗੁਰਪਿੰਦਰ ਭਾਈ ਨੇ ਕੱਢ ਦਿੱਤਾ ਹੈ ਨਿਊ ਅੰਮ੍ਰਿਤਸਰ ਦੀ ਗਰਾਊਂਡ ਦੋਵੇਂ ਪੇਚਾਂ ਅੱਗੇ ਨਿਊ ਅੰਮ੍ਰਿਤਸਰ ਗਰਾਊਂਡ ਦੋਵੇਂ ਪੇਚਾਂ ਅੱਗੇ ਨਿਕਲ ਗਈ ਹੈ ਦੋਵੇਂ ਪੇਚੇ ਜਿਹੜੇ ਆਏ ਆ ਉਹ ਨਿਊ ਅੰਮ੍ਰਿਤਸਰ ਗਰਾਊਂਡ ਦੇ ਆਏ ਹੋਏ ਆ ਲੋ ਜੀ ਤੀਜਾ ਪੇਚਾ ਫਿਰ ਭਲਾਈ ਕੇਂਦਰ ਗਰਾਊਂਡ ਦੇ ਦੋਵੇਂ ਬੰਦੇ ਬਾਹਰ ਨਿਕਲ ਦੇ ਹੋਏ ਪਹਿਲੇ ਰਾਊਂਡ 'ਚ ਤੀਜਾ ਪੇਜ ਦੇ ਦਿਆਂਗੇ ਆਪਾਂ ਤੁਹਾਨੂੰ ਆਪਣੇ ਭਲਾਈ ਕੇਂਦਰ ਗਰਾਊਂਡ ਦੇ ਬਹੁਤ ਵਧੀਆ ਖਿਡਾਰੀ ਜਿਹੜਾ ਬਾਹਰੋਂ ਆਇਆ ਵੀਰ ਦੁਬਈ ਤੋਂ ਇੱਥੇ ਬਹੁਤ ਸ਼ੌਂਕ ਕਰਦਾ ਰਿਹਾ ਵਾ ਹੁਣ ਤੀਜਾ ਪੇਜ ਵਿਖਾ ਰਹੇ ਹਾਂ ਔਰ ਉੱਧਰੋਂ ਭਾਜੀ ਗਏ ਹੈ ਨਿਊ ਅੰਮ੍ਰਿਤਸਰ ਗਰਾਊਂਡ ਦੇ ਹੀ ਤੀਜਾ ਬੰਦਾ ਫਿਰ ਨਿਊ ਅੰਮ੍ਰਿਤਸਰ ਗਰਾਊਂਡ ਦੇ ਹੀ ਆਇਆ ਜਿਹੜੇ ਪਹਿਲੇ ਦੋ ਪੇਚੇ ਹੋਏ ਨਿਊ ਅੰਮ੍ਰਿਤਸਰ ਬੰਦਿਆਂ ਨੇ ਕੱਟੇ ਆ ਤੀਜਾ ਪੇਚਾ ਫਿਰ ਨਿਊ ਅੰਮ੍ਰਿਤਸਰ ਗਰਾਊਂਡ ਦੇ ਹੀ ਆਇਆ ਜੇ ਚੌਥਾ ਪੇਚਾ ਮੈਚ ਦਾ ਦੋ ਪੇਚੇ ਕੰਪਲੀਟ ਹੋਏ ਆ ਦੋਵੇਂ ਨਿਊ ਅੰਮ੍ਰਿਤਸਰ ਦੇ ਬੰਦੇ ਗਾਂਹ ਗਏ ਹੈ ਤੇ ਤੀਜਾ ਪੇਚਾ ਭਲਾਈ ਕੇਂਦਰ ਗਰਾਊਂਡ ਤੋਂ ਔਰ ਉਧਰਲੇ ਪਾਸੇ ਫਿਰ ਨਿਊ ਅੰਮ੍ਰਿਤਸਰ ਗਰਾਊਂਡ ਦੋ ਪੇਚੇ ਕੰਪਲੀਟ ਹੋ ਚੁੱਕੇ ਆ ਸਤਿ ਸ਼੍ਰੀ ਅਕਾਲ ਜੀ ਵੱਡੇ ਪਲੇਅਰ ਸਿੰਘੂ ਭਾਈ ਮਾਨ ਪਲੇਅਰ ਕਿਲਾ ਗਰਾਊਂਡ ਲੋ ਜੀ ਚੌਥਾ ਪੇਜ ਦੋ ਪੇਚੇ ਪਹਿਲੇ ਕੱਟੇ ਰਣਜੀਤ ਐਮ ਨੂੰ ਗਰਾਊਂਡ ਦੇ ਕੱਟੇ ਗਏ ਆ ਔਰ ਉਧਰੋਂ ਨਿਊ ਅੰਮ੍ਰਿਤਸਰ ਗਰਾਊਂਡ ਦੇ ਦੋਵੇਂ ਪਲੇਅਰ ਅੱਗੇ ਨਿਕਲ ਗਏ ਆ ਤੀਜਾ ਪੇਜ ਵੀ ਨਿਊ ਅੰਮ੍ਰਿਤਸਰ ਗਰਾਊਂਡ ਦੇ ਹੈਗਾ ਜੇ ਇੱਧਰੋਂ ਵੀ ਵੀਰ ਤੁਹਾਨੂੰ ਪੂਰਾ ਯਕੀਨ ਹੈ ਪੇਜ ਕੱਟੇਗਾ ਲਓ ਜੀ ਪੇਚਾ ਵਿਖਾ ਰਹੇ ਤੁਹਾਨੂੰ ਹੁਣ ਲਾਈਵ ਆਪਾਂ ਦੋ ਪੇਚੇ ਜਿਹੜੇ ਕਿ ਨਿਊ ਅੰਮ੍ਰਿਤਸਰ ਗਰਾਊਂਡ ਤੋਂ ਵੀਰ ਕੱਟ ਕੇ ਅੱਗੇ ਚਲੇ ਗਏ ਹੋਏ ਆ ਔਰ ਤੀਜਾ ਪੇਚਾ ਫਿਰ ਨਿਊ ਅੰਮ੍ਰਿਤਸਰ ਗਰਾਊਂਡ ਤੇ ਇੱਧਰੋਂ ਵੀਰ ਭਲਾਈ ਕਹਿੰਦੇ ਗਰਾਊਂਡ ਤੋਂ ਅਮਿਤ ਵੀਰ ਇਹ ਪੇਚਾ ਲੰਮਾ ਹੋਣਾ ਜੇ ਲਾਗੇ ਨਹੀਂ ਹੋਣਾ ਲੋ ਜੀ ਸਾਰੇ ਭਰਾਵਾਂ ਨੂੰ ਰਿਕੁਐਸਟ ਆ ਕਿ 8ਵਾਂ ਪੇਚਾ ਮੇਰਾ ਆਪਣਾ ਪੇਚਾ ਵਾ ਇਸ ਤੋਂ ਬਾਅਦ ਆਹ ਪੇਚੇ ਦੀ ਵੀਡੀਓ ਵਿਖਾ ਕੇ ਇੱਕ ਦੋ ਪੇਚਿਆਂ ਦੀ ਵੀਡੀਓ ਮੈਂ ਬੰਦ ਕਰੂੰਗਾ ਅਤੇ ਆਪਣੀ ਪਤੰਗ ਮੈਂ ਬਿਲਕੁਲ ਸੋਧਣੀ ਆ ਜਿਹੜੀ ਮੈਂ ਪਤੰਗ ਸਵੇਰੇ ਸੋਧੀ ਸੀ ਉਹ ਥੋੜ੍ਹੀ ਜ਼ਿਆਦਾ ਵਾਸਦੀ ਸੀ ਹੁਣ ਥੋੜ੍ਹਾ ਜਿਹਾ ਪ੍ਰੈਸ਼ਰ ਘਟਿਆ ਵਾ ਆਪਾਂ ਥੋੜ੍ਹੀ ਪਤੰਗ ਕੋਈ ਮੁਲਾਇਮ ਸੋਧਣੀ ਆ ਇਸ ਕਰਕੇ ਇੱਕ ਦੋ ਪੇਚਿਆਂ ਦੀ ਵੀਡੀਓ ਤੋਂ ਪਰਹੇਜ਼ ਕਰੂੰਗਾ ਅਤੇ ਬਾਅਦ 'ਚ ਫਿਰ ਵਲੋਗਿੰਗ ਕਰਾਂਗੇ ਆਪਾਂ ਸਟਾਰਟ ਪਰ ਆਹ ਪੇਚੇ ਦੀ ਆਪਾਂ ਵੀਡੀਓ ਕਰੀ ਪੂਰੀ ਵਿਖਾਵਾਂਗੇ
सीढ़ी बच गई है, पेचा स्टार्ट हो गया जी। सीढ़ी तो बाद अगर किसी की पतंग भी टुट जाए, चरखी अड़ जाए, वो पेचा अगले दे दिता जाता वा। लो सर, लो सर, लो सर, लो सर, पहले दो पेचों के जेडे राउंड है वह दोवें न्यू सर बड़े कट गए हुए। रात को न्यू मसाले वीर भरा सारे बैठे उत्थे बहुत पुष्टियां कर रहे थे अं पेचे कटांगे, तो वाकई ही दो पेच पहले राउंड तो दो पेच कट के अगे निकल चुके हैं। हुण तीसरा पेच हो रहा, पहला पेचा टाई हो गया सी, उस हिसाब नाल चौथा पेचा वा, पर दो पेचे पहले कटे आ कटे गए ने और न्यू मसाले बंदे कट गए ने, तीसरा पेच हो रहा। पेचा बहुत वधिया हो रहा जी, ग्राउंड च पूरी सुख शांति है। सारे भरा बहुत इंजॉय कर रहे हैं, जेडे तो वीर भरा बेच है वह टेंशन से आ, जेडे तो नहीं गए वह पूरे खुश है। ये कंपीटिशन निरा टेंशन है जी, बीपी वध जाते बीपी घट जाते हैं। लो जी वल हो गया जे, पूरा वल होया भाई, पूरा वल होया। जा जी मैं नहीं बोलता, कैमरा बोल रहा वा। देखो जी क्राउड चेक करो तुम, ग्राउंड का बहुत ही तगड़ा क्राउड है। अपने 2020 दे चैंपियन प्लेयर जानू भाई खलोते हुए ने, टेंशन फ्री बिल्कुल। इसे ही धरती से पेचा कटिया सी फाइनल और पेच जितया सी चैंपियन कप, यही धरती सी, यही ग्राउंड सी और कपड़े भी यही पाए हुए उतने एडिडास एडी गई एडी गई। लो जी अपने भलाई कहते ग्राउंड तो पेचा कट गया वीर, उधरों न्यू मसल ग्राउंड वाले बंदे तीजा राउंड का पेचा कटाते हुए। अमित भाई, अमित भाई ने जो सोचा ही घुंडी पोड़ के घुंडी पा के पेचा कट गए ने, और बहुत बहुत बधाई है भाई। ਜਿੰਨੂ ਭਾਈ ਦਾ ਪੇਚਾ ਹੀ ਹੁਣ ਵੀਰੇ ਭਾਈ ਤੁਹਾਨੂੰ ਕਹਿਣਾ ਭਲਾਈ ਕੇਂਦਰ ਵਾਲਿਆਂ ਨੇ ਤੋੜਿਆ, ਮੈਂ ਬਹੁਤ ਵਧੀਆ ਭਾਈ ਬਹੁਤ ਵਧੀਆ। ਚਲੋ ਜਾਓ ਫਿਰ, ਇਹਨਾਂ ਨੇ ਸੋਚਿਆ ਸੀ ਮੈਂ ਘੁੰਡੀ ਪਾਉਂਗਾ, ਘੁੰਡੀ ਪਾ ਕੇ ਪੇਚਾ ਕੱਟਿਆ ਇਹਨਾਂ ਨੇ, ਜਿਹੜੀ ਚੀਜ਼ ਸੋਚੀ ਹੋਈ ਨਹੀਂ ਕੀਤੀ। ਤੀਜੇ ਰਾਊਂਡ ਦਾ ਪੇਚਾ ਨਿਊ ਮਸਲ ਗਰਾਊਂਡ ਦੇ ਬੰਦੇ ਬਾਹਰ ਆਉਂਦੇ ਹੋਏ, ਦੋ ਪੇਚੇ ਇਹਨਾਂ ਨੇ ਕੱਟਿਆ ਸੀ ਪਹਿਲੇ, ਹੁਣ ਤੀਜਾ ਪੇਚਾ ਇਹਨਾਂ ਨੇ ਕਟਵਾ ਲਿਆ। ਰਾਹੁਲ ਭਾਈ ਜੀ ਕਿਦਾਂ ਇਹ ਦੀਪਕ